ਸਤਿ ਸ਼੍ਰੀ ਅਕਾਲ ਜੀ, ਮੈਂ ਹਰਪਿੰਦਰ ਸਿੰਘ ਨਿਊਜ਼ ਪਹੁੰਚੀ ਹੈ ਜੀ ਅੱਜ ਪਟਿਆਲਾ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਵਜੀਰਪੁਰ ਪਿੰਡ ਦੇ ਵਿੱਚ, ਜਿੱਥੇ ਬਾਗਬਾਨੀ ਵਿਭਾਗ ਦੇ ਵੱਲੋਂ ਇੱਕ ਸਰਕਾਰੀ ਨਰਸਰੀ ਬਣੀ ਹੋਈ ਹੈ। ਉਹ ਇਹਦਾ ਇੱਕ ਚੱਕਰ ਲਗਾਉਂਦੇ ਹਾਂ ਅਤੇ ਦੇਖਦੇ ਹਾਂ ਕਿਹੜੇ ਕਿਹੜੇ ਬੂਟੇ ਨੇ, ਕਿਹੜੀਆਂ ਕਿਹੜੀਆਂ ਕਿਸਮਾਂ ਨੇ ਉਹਨਾਂ ਦੀਆਂ, ਔਰ ਕਿੰਨੇ ਏਕੜ ਦੇ ਵਿੱਚ ਫੈਲਿਆ ਹੋਇਆ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਦੇ ਨਾਲ। ਦੇਖ ਰਹੇ ਹੋ ਖੇਤਾਂ ਦੀਆਂ ਵੱਟਾਂ ਨੇ, ਅਲੱਗ ਅਲੱਗ ਕਿਸਮ ਦੇ ਬੂਟੇ ਨੇ। ਇਹਨਾਂ ਨੂੰ ਦੇਖਦੇ ਜਿਵੇਂ ਇਹ ਨਾਰ ਦਾ ਬੂਟਾ ਲੱਗਿਆ ਹੋਇਆ, ਅੱਗੇ ਔਲੇ ਦੇ ਬੂਟੇ ਲੱਗੇ ਹੋਏ ਨੇ, ਜੋ ਕਿ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਸ਼ਹਿਰਾਂ ਦੇ ਵਿੱਚ ਮਿਲਦੇ ਨੇ, ਬਹੁਤ ਘੱਟ ਲੋਕ ਲਗਾਉਂਦੇ ਨੇ। ਤੋੜਨ ਦਾ ਤਰੀਕਾ ਵੀ ਅਲੱਗ ਹੈ। ਇਹ ਮੌਸਮੀਆਂ ਦਾ ਬੂਟਾ, ਕਿੰਨੇ ਸੋਹਣੇ ਸ਼ਾਨਦਾਰ ਇਹ ਜਿਹੜੇ ਮੌਸਮੀਆਂ ਲੱਗੀਆਂ ਹੋਈਆਂ ਨੇ ਅਤੇ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ, ਅਤੇ ਪੂਰੀਆਂ ਭਰੀਆਂ ਹੋਈਆਂ ਫਲਦਾਰ ਜਿਹੜਾ ਬੂਟਾ ਲੱਗਿਆ ਹੋਇਆ ਇੱਥੇ। ਨੌਜਵਾਨ ਆਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਤੁਹਾਡਾ? ਜਗਜੀਤ ਜੀ। ਕੀ ਕੰਮ ਕਰਦੇ ਹੋ ਇੱਥੇ? ਅਸੀਂ ਇੱਥੇ ਔਲੇ ਤੋੜ ਰਹੇ। ਤੁਹਾਡੇ ਕੋਲੇ ਕਿੰਨੀ ਜ਼ਮੀਨ ਠੇਕੇ 'ਤੇ ਲਈ ਹੋਈ ਹੈ ਜਾਂ ਤੁਹਾਡੇ ਆਪਣੇ ਨੇ, ਕੀ ਹਿਸਾਬ? ਇਹ ਠੇਕੇ 'ਤੇ ਲਏ ਹੋਏ ਨੇ ਜੀ। ਠੀਕ ਹੈ, ਅਤੇ ਕਿੰਨੀ ਏਕੜ ਆ ਤੁਹਾਡੇ ਕੋਲ ਜ਼ਮੀਨ ਜਿਹੜੇ ਤੁਸੀਂ ਠੇਕੇ 'ਤੇ ਲਈ ਹੋਈ ਹੈ? ਇੱਥੇ ਸਾਡੇ ਕੋਲ ਜਮਦੇ 2 ਏਕੜ ਨੇ ਜੀ, ਹੈ ਤਾਂ ਕਾਫੀ ਨੇ ਜੀ, ਪਰ 2 ਏਕੜ ਠੇਕੇ 'ਤੇ। ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਫਸਲਾਂ ਨੇ ਜਿਹੜਾ ਤੁਸੀਂ ਇੱਥੇ ਜ਼ਮੀਨ ਦੇ ਵਿੱਚ ਤੁਸੀਂ ਉਹ ਜਿਹੜੇ ਫਲ ਨੇ ਜਾਂ ਕੋਈ ਹੋਰ ਹੈ, ਉਹ ਕੀ ਹੋਊਗਾ? ਸਾਡੇ ਕੋਲ ਪਹਿਲਾਂ ਉਹ ਤੀ ਜਾਮਨ ਆ ਜੀ, ਆਰੂ ਅਤੇ ਸਾਰਾ ਕੁਛ, ਹੁਣ ਸਾਰਾ ਕੁਛ ਮੁੱਕ ਗਿਆ, ਹੁਣ ਇਕੱਲੇ ਓਲੇ ਰਹਿ ਗਏ। ਕੀ ਸਾਨੂੰ ਇਹਨਾਂ ਬੂਟਿਆਂ ਬਾਰੇ ਵੀ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਬੂਟੇ ਨੇ, ਕਿਉਂਕਿ ਜਿਹੜੇ ਅੱਜ ਕੱਲ੍ਹ ਬੱਚੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਜਾਂ ਲੋਕ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਪਛਾਣ ਨਹੀਂ ਹੈਗੀ ਕਿ ਕਿਹੜਾ ਬੂਟਾ ਕਿਸ ਚੀਜ਼ ਦਾ। ਤੁਸੀਂ ਸਾਨੂੰ ਜਾਂਦੇ ਜਾਂਦੇ ਆਪਾਂ ਗੱਲ ਵੀ ਕਰਦੇ ਹਾਂ, ਅਤੇ ਸਾਨੂੰ ਤੁਸੀਂ ਦੱਸੋ ਵੀ ਇਹ ਜਿਹੜੇ ਬੂਟੇ ਲੱਗੇ ਹੋਏ ਨੇ ਕਿਸ ਕਿਸਮ ਦੇ ਲੱਗੇ ਹੋਏ ਨੇ, ਕਿਹੜੇ ਬੂਟੇ ਨੇ? ਇਹ ਇਲਾਹਾਬਾਦ ਆਰੂ ਆ ਜੀ। ਲਓ ਜੀ, ਅਸੀਂ ਹੁਣ ਪਹੁੰਚੇ ਅਮਰੂਦਾਂ ਦੇ ਬਾਗ ਦੇ ਵਿੱਚ, ਅਤੇ ਤੁਹਾਡੇ ਕੋਲ ਜਿਵੇਂ ਅਮਰੂਦਾਂ ਦੇ ਬਾਗ ਨੇ, ਤੁਸੀਂ ਗਲੇਲ ਵੀ ਫੜੀ ਹੋਈ ਹੈ, ਕਿਵੇਂ ਤੋੜਦੇ ਹੋ ਤੁਸੀਂ ਇਹਨਾਂ ਨੂੰ, ਕਿਵੇਂ ਇਸਤੇਮਾਲ ਕਰਦੇ ਹੋ? ਅਮਰੂਦ ਆਏ ਜੀ, ਹੁਣ ਪੱਕਾ ਅਸੀਂ 2-4 ਦਿਨਾਂ ਬਾਅਦ ਤੋੜਦੇ ਹਾਂ। ਇਹ ਠੰਡਾ ਵਾਲਾ ਅਮਰੂਦ ਹੈ ਜੀ, ਅਤੇ ਗਰਮੀ ਵਾਲਾ ਤਾਂ ਹੈ ਨਹੀਂ, ਉਹ ਰੋਜ਼ ਤੋੜਦੇ ਨੇ। ਸਾਨੂੰ ਮਤਲਬ ਸਰਦੀਆਂ ਦੇ ਵਿੱਚ ਜਿਹੜੇ ਇੱਥੇ ਅਮਰੂਦ ਲੱਗੇ ਹੋਏ ਨੇ, ਸਾਨੂੰ ਖਾਣ ਨੂੰ ਮਿਲ ਸਕਦੇ ਆ? ਹਾਂਜੀ ਹਾਂ, ਮਿਲ ਸਕਦੇ ਜੀ, ਹਫ਼ਤੇ ਬਾਅਦ। ਗਲੇਲ ਚੱਕੀ ਹੋਈ ਹੈ, ਤੁਸੀਂ ਕਿਵੇਂ ਇਹਦਾ ਇਸਤੇਮਾਲ ਕਰ ਸਕਦੇ ਹੋ? ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਇਸਤੇਮਾਲ ਕਰਕੇ ਦਿਖਾਓ ਕਿਵੇਂ ਹੈ। ਜਾਨਵਰ ਬੈਠਦਾ ਨਾ, ਉਹ ਨਾਲ ਗੋਲੀ ਹੈ ਨਾ ਵਿੱਚ ਪਈ ਹੋਈ, ਆਹ ਦੇਖੋ ਇੱਕ ਚੀਜ਼। ਕਿ ਜੋ ਇੱਥੇ ਦਰਖਤਾਂ ਦੇ ਉੱਤੇ ਪੇੜ ਅਤੇ ਪੰਛੀ ਬੈਠਦੇ ਨੇ, ਜਾਨਵਰ ਬੈਠਦੇ ਨੇ, ਉਹਨਾਂ ਨੂੰ ਉਡਾਉਣ ਵਾਸਤੇ ਇਸ ਗਲੇਲ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ, ਸੋ ਪਹਿਲੀ ਵਾਰੀ ਮੈਂ ਵੀ ਦੇਖਿਆ ਅਤੇ ਮੈਨੂੰ ਇੰਟਰਸਟਿੰਗ ਲੱਗਿਆ ਇਹ। ਇੱਕ ਵਾਰ ਮੈਂ ਵੀ ਟਰਾਈ ਕਰਕੇ ਦੇਖਦੀ ਹਾਂ ਅਤੇ ਇੱਕ ਵਾਰ ਚਲਾ ਕੇ ਦੇਖਦੀ ਇਹਨੂੰ ਕਿਵੇਂ ਚਲਾਉਂਦੇ। ਪਹਿਲੀ ਵਾਰ 'ਚ ਤਾਂ ਮੈਂ ਫੇਲ ਹੋ ਗਈ, ਪਰ ਹੁਣ ਦੂਜੀ ਵਾਰ ਟਰਾਈ ਕਰਕੇ ਦੇਖਦੀ ਹਾਂ ਇਹਨੂੰ। ਇਹ 12-ਮਾਸੀ ਨਹੀਂ ਹੈਗਾ, ਇਹ ਸਿਰਫ ਸਾਨੂੰ ਸਰਦੀਆਂ ਦੇ ਵਿੱਚ ਮਿਲਦਾ, ਸਰਦੀਆਂ ਦੇ ਵਿੱਚ ਸਾਨੂੰ ਅਮਰੂਦ ਖਾਣ ਨੂੰ ਮਿਲ ਸਕਦਾ। ਸੋ ਜੋ ਇਹ ਹੈ, ਇਹ ਕਿੰਨੂ ਹੈ ਤੁਸੀਂ ਦੇਖ ਸਕਦੇ ਹੋ, ਇਹਨੂੰ ਕਿੰਨੂ ਨਹੀਂ ਲੱਗੇ ਜਿਹੜੇ ਦੂਜੇ ਸੀ? ਅੱਛਾ, ਇਹਦੇ ਤੋਂ ਜਿਹੜੇ ਕਿੰਨੂ ਨੇ ਤੋੜੇ ਹੋਏ ਨੇ, ਇਹ ਅੱਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਅਮਰੂਦ ਹੈ ਜਿਹੜੇ, ਇਹ ਵੀ ਕਿੰਨੂ ਦਾ ਬੂਟਾ, ਇਹਨੂੰ ਤੋੜੇ ਹੋਏ ਆ ਕਿੰਨੂਆਂ ਦੇ ਬੂਟੇ। ਇਹ ਜਿਹੜੇ ਅਮਰੂਦ ਤੁਸੀਂ ਦੇਖ ਰਹੇ ਹੋ, ਕਦੋਂ ਤੱਕ ਪੱਕਣਗੇ? ਇਹ ਘੱਟੋ ਘੱਟ 1.5 ਮਹੀਨਾ ਲੈ ਰਹੇ ਨੇ। ਅੱਛਾ, ਇਹਨਾਂ ਨੂੰ 1.5 ਮਹੀਨਾ ਹੋਰ ਲੱਗ ਜਾਏਗਾ ਪੱਕਣ ਨੂੰ। ਤੁਸੀਂ ਇਹਨਾਂ ਨੂੰ ਪਕਾਉਣ ਦੇ ਲਈ ਕੋਈ ਸਪੈਸ਼ਲ ਖਾਦ ਵੀ ਇਸਤੇਮਾਲ ਕਰਦੇ ਹੋ ਜਾਂ ਨੈਚੁਰਲ ਤੌਰ ਦੇ ਉੱਤੇ? ਖਾਦ ਪਾਉਂਦੇ ਹਾਂ ਜੀ। ਕਿਸ ਤਰੀਕੇ ਦੀ ਜਿਹੜੀ ਖਾਦ ਹੈ ਉਹ ਯੂਜ਼ ਕਰਦੇ? ਯੂਰੀਆ ਖਾਦ ਜੀ, ਅਤੇ ਆਪਣਾ ਇੱਕ ਪੋਟਾਸ। ਤੁਸੀਂ ਜਿਹੜੇ ਇਹਦੇ 'ਚ ਅਮਰੂਦਾਂ ਦੇ ਵਿੱਚ ਸੁੰਡੀਆਂ ਪੈ ਜਾਂਦੀਆਂ ਨੇ, ਜਿਹੜੇ ਆਪਣੇ ਘਰਾਂ ਦੇ ਵਿੱਚ ਵੀ ਅਸੀਂ ਅਮਰੂਦ ਲਗਾਉਂਦੇ ਹਾਂ, ਕੋਈ ਵੀ ਫਲਦਾਰ ਆਪਾਂ ਬੂਟਾ ਲਗਾਉਂਦੇ ਹਾਂ, ਪਰ ਉਹਨਾਂ ਨੂੰ ਦੇਖਿਆ ਜਾਂਦਾ ਕਿ ਬਹੁਤ ਜਲਦੀ ਸੁੰਡੀਆਂ ਪੈ ਜਾਂਦੀਆਂ ਨੇ ਜਾਂ ਕੀੜੇ ਲੱਗ ਜਾਂਦੇ ਨੇ, ਇਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਕੀ ਕਰਦੇ ਹੋ? ਸਪਰੇ ਹੁੰਦੀ ਹੈ ਦਵਾਈ। ਜਿਹੜੀ ਤੁਸੀਂ ਸਪਰੇ ਕਰਦੇ ਹੋ ਲੋਕਾਂ ਦੀਆਂ ਸਿਹਤ ਦੇ ਉੱਤੇ, ਕੋਈ ਇਹਦਾ ਅਸਰ ਤਾਂ ਨਹੀਂ, ਨੁਕਸਾਨ ਤਾਂ ਨਹੀਂ? ਪੈਂਦੇ ਅੱਜ ਸਪਰੇ ਕੀਤੀ ਹੈ, 4 ਦਿਨਾਂ ਬਾਅਦ ਮਰੂਦ ਤੋੜਨਾ ਸੀ, ਉੱਥੇ ਉਹ ਦਵਾਈ ਦਾ ਅਸਰ ਖਤਮ ਹੋ ਜਾਂਦਾ। ਜਿੱਦਾਂ ਕਿ ਅਸੀਂ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕੀਤੀ, ਅਸੀਂ ਇਹਨਾਂ ਨੂੰ ਪੁੱਛਿਆ ਕਿ ਅਗਰ ਆਪਾਂ ਇਹਨੇ 'ਤੇ ਸਪਰੇ ਕਰਦੇ ਹਾਂ ਤਾਂ ਕੋਈ ਜਾਨੀ ਨੁਕਸਾਨ ਕੋਈ ਇੱਦਾਂ ਦਾ ਨਹੀਂ ਹੁੰਦਾ, ਕਿਉਂਕਿ ਇੱਕ ਦਿਨ ਅਗਰ ਸਪਰੇ ਕਰਦੇ ਨੇ, 4 ਦਿਨ ਬਾਅਦ ਉਸ ਫਰੂਟ ਨੂੰ ਤੋੜਦੇ ਨੇ। ਸੋ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਉਸ ਸਪਰੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਿਹਤ ਦੇ ਉੱਤੇ। ਅਮਰੂਦਾਂ ਦਾ ਤੁਸੀਂ ਬਾਗ ਦੇਖ ਸਕਦੇ ਹੋ, ਬਹੁਤ ਸੋਹਣਾ ਲੱਗਦਾ, ਬਹੁਤ ਸ਼ਾਂਤ ਹੈ, ਅਤੇ ਇੱਥੇ ਟਾਈਮ ਬਿਤਾਉਣ ਨੂੰ ਦਿਲ ਕਰਦਾ। ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ, ਸ਼ਾਂਤੀ ਹੀ ਸ਼ਾਂਤੀ ਹੈ। ਤੁਸੀਂ ਪਿੱਛੇ ਸੁਣ ਸਕਦੇ ਹੋ ਕਿ ਤੋਤਿਆਂ ਅਤੇ ਚਿੜੀਆਂ ਦੀ ਆਵਾਜ਼ ਆ ਰਹੀ ਹੈ, ਬਹੁਤ ਸੋਹਣੀ ਲੱਗ ਰਹੀ ਹੈ ਸੁਣਨ ਨੂੰ। ਤੁਸੀਂ ਸੋ ਤੁਸੀਂ ਇਹ ਆਵਾਜ਼ ਸੁਣੀ ਹੈ ਕਿ ਜਿਹੜੇ ਪੰਛੀ ਇੱਥੇ ਬੈਠੇ ਨੇ ਉਹਨਾਂ ਨੂੰ ਉਡਾਉਣ ਵਾਸਤੇ ਇੱਦਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਯੂਜ਼ ਕਰਦੇ ਨੇ। ਬਾਗ ਦੇ ਵਿੱਚੋਂ ਲੰਘਦੇ ਹੋਏ ਅਸੀਂ ਹਰਿਆਲੀ ਦਾ ਪੂਰਾ ਆਨੰਦ ਮਾਣ ਰਹੇ ਹਾਂ। ਸੋ ਹੌਲੀ ਹੌਲੀ ਜਾ ਰਹੇ ਹਾਂ ਤਾਂ ਜੋ
हरियाली ही हरियाली पूरी। साढ़े देख रहे दर्शकों भी असं दसना चाहेंगे कि किन्नी मेहनत के नाल किन्नी शिद्दत के नाल जिहड़े फ्रूट्स ने जिहड़े कि जो कि बच्चे खाते ही नहीं अजकल दे टाइम दे विच जो कि लेस कुरकरे पिज़्ज़ा के शौकीन ने इन्नी मेहनत के नाल जिहड़े फ्रूट्स ने तैयार किए जाते हैं। गोडी करना बूटियां नूं पालना फल लगने और पानी देना किन्ने किन्ने महीनों की पूरी मेहनत है जिहड़ी इन्हां दी लग जाती है। तुसीं इस तरफ मैं गरेवाल जी नूं कहूँगी कि दिखाण साढ़े दर्शकों नूं कि अपने बच्चों नूं भी इदां दे बागां दे विच जरूर विजिट कराउण ता जो उन्हां नूं भी पता लगे कि फ्रूट्स की मेहनत की की महत्ता। इतों जिहड़े बूटे तैयार किए जाते हैं और इतों तुसीं लैके जा सकते हो, तुसीं घर च भी लगा सकते हो, तुहाडी कोई जगह पई है प्लॉट पिया जां तुसीं गमले विच भी छोटे मोटे अपने टैरिस दे उत्ते भी इन्हां नूं बूटियां नूं लगा सकते हो। यह बूटा काबुल ग्रीन गेज पहली बार सुनया मैं भी गलूचा अलूचा मसी हुंदे ने इक बारामासी है ये जिहड़े अनार तुसीं बूटा इत्थे देख रहे हो अनारां दा ये बारामासी बूटा है। ये जिहड़े लिफाफे बने हुए ने तां जो कोई भी इत्थे जानवरां दा काटो गलैरी है जो भी है इस चीज़ नूं ना खावे। अनार दा बूटा फुल जिहड़े इह इस तरीके दे हुंदे हौली हौली इस फुल तों फिर अनार बणदे ने। इह मुरदा ने जी मैडम। बाकी होर केड़े केड़े बूटे आ? इह जी मुरदा ने जी, इह जामण दा जी अगे बूटा जी, इह सामणे जामण दा बूटा जी। इह बूटा इह औले दा बूटा इह तुसीं ओके ਇਹ ਦੇਸੀ ਔਲਾ ਔਰ ਕਿਹੜਾ ਔਲਾ ਹੁੰਦਾ ਹੋਰ ਕਿਹੜੇ ਕਿਹੜੇ ਹੁੰਦੇ ਆ? ਇੱਕ ਕਿਹੜਾ ਮਰੱਬੇ ਵਾਲਾ ਹੁੰਦਾ ਜੀ ਉਹ ਮੋਟਾ ਹੁੰਦਾ ਜੀ, ਕਿਹੜਾ ਇਹ ਆਪਣਾ ਚਾਰ ਵਾਲਾ ਬਰੀਕ ਹੁੰਦਾ ਜੀ। ਇਹ ਬਿਲ ਦੇ ਪੇਡੇ ਨੇ ਜੀ ਇਹ? ਓਕੇ ਜਿਹੜੀ ਇਹ ਪੌਦ ਇਹਨਾਂ ਨੇ ਲਗਾਈ ਹੋਈ ਹੈ ਸਾਰੀ ਅਮਰੂਦ ਦੀ ਪੌਦ ਹੈ। ਇੱਥੋਂ ਦੀ ਇਹ ਛੋਟੇ ਛੋਟੇ ਬੂਟੇ ਪੁੰਗਰਨਗੇ ਔਰ ਉਸ ਤੋਂ ਬਾਅਦ ਇਹ ਤਿਆਰ ਹੋਣਗੇ। ਬਿਲ ਦਾ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਸਿਹਤ ਵਾਸਤੇ ਵੈਸੇ ਤਾਂ ਬਹੁਤ ਚੰਗਾ ਹੁੰਦਾ, ਗਰਮੀਆਂ ਦੇ ਵਿੱਚ ਇਹਦਾ ਬਿੱਲ ਦਾ ਸ਼ੇਕ ਵੀ ਬਣਦਾ ਔਰ ਸਿਹਤ ਵਾਸਤੇ ਬਹੁਤ ਚੰਗਾ ਹੁੰਦਾ। ਪਿੰਡਾਂ ਦੇ ਵਿੱਚ ਆ ਕੇ ਤੁਸੀਂ ਦੇਸੀ ਸਵਿੰਗ ਪੂਲ ਇਹਨਾਂ ਨੇ ਇੱਕ ਏਰੀਏ ਦੇ ਵਿੱਚ ਘਰ ਦੀ ਖਾਦ ਵੀ ਤਿਆਰ ਕਰ ਰਹੇ ਨੇ ਜਿਹੜੇ ਕਿ ਇੱਥੇ ਪੱਤੇ ਨੇ ਗੋਬਰ ਹੈ ਜਾਂ ਹੋਰ ਵੀ ਕੋਈ ਸਮਾਨ ਹੈ ਉਹਦੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਤੁਸੀਂ ਜਿਸ ਮਰਜ਼ੀ ਪਾਸੇ ਦੇਖ ਲਓ ਏਰੀਏ ਦੇ ਵਿੱਚ ਹਰਿਆਲੀ ਹਰਿਆਲੀ ਹੈ ਸਾਰੇ ਪਾਸੇ। ਹਰ ਇੱਕ ਏਰੀਏ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਬੂਟੇ ਟਾਹਲੀਆਂ ਫਰੂਟ ਵਾਲੇ ਬੂਟੇ ਲਗਾਏ ਹੋਏ ਨੇ। ਔਲੇ ਦੀ ਜਿਹੜੀ ਪੌਦ ਹੈ ਔਲੇ ਦੀ ਜਿਹੜੀ ਪੌਦ ਹੈ ਉਹਦੇ ਨਾਲ ਨਾਲ ਆਪਾਂ ਕੇਲਿਆਂ ਦੇ ਬੂਟੇ ਵੀ ਦੇਖ ਸਕਦੇ ਹਾਂ ਕਿ ਕੇਲਿਆਂ ਦੇ ਬੂਟੇ ਵੀ ਇੱਥੇ ਹੈਗੇ ਆ। ਸੋ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਸਾਨੂੰ। ਦੂਰ ਦੂਰ ਤੱਕ ਕੋਈ ਗੱਡੀਆਂ ਦਾ ਕੋਈ ਪੋਲਿਊਸ਼ਨ ਨਹੀਂ। ਇਹ ਅਮਰੂਦ ਆ ਜੀ, ਪਹਿਲਾਂ ਅਸੀਂ ਬੀਜ ਤੋਂ ਤਿਆਰ ਕਰਦੇ ਹਾਂ, ਬੀਜ ਤੋਂ ਤਿਆਰ ਕਰਕੇ ਇਹਨੂੰ ਘੱਟ ਤੋਂ ਘੱਟ 6-7 ਮਹੀਨੇ ਅਸੀਂ ਜ਼ਮੀਨ 'ਚ ਲਾ ਕੇ ਰੱਖਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਇਹਦਾ ਜਿਹੜਾ ਫਨ ਆ ਗਲਾਪਟਡ ਹੈ ਇਹਨੂੰ ਪਿਉਂਦ ਕਰਦੇ ਹਾਂ ਵੱਡੇ ਬੂਟੇ ਤੋਂ ਲੈ ਕੇ ਲਾਹਾਬਾਦੀ ਆ ਜੋ ਵੀ ਸਾਡੇ ਕੋਲ ਵਰਾਇਟੀਆਂ ਜਿੰਨੀਆਂ ਹੈਗੀਆਂ ਨੇ ਉੱਥੋਂ ਲੈ ਕੇ ਇਹਨੂੰ ਅਸੀਂ ਫਿਰ ਪਿਉਂ ਇੱਕ ਟੀ ਵੱਡ ਹੁੰਦੀ ਹੈ ਇੱਕ ਫਨ ਆ ਗਲਾਪਟਡ ਹੁੰਦਾ ਹੈ ਫਿਰ ਉਹਨੂੰ ਅਸੀਂ ਪਿਉਂਦ ਕਰਕੇ ਇਹਨਾਂ ਦੀ ਜਿਹੜੀ ਸਟਿੱਕ ਹੈਗੀ ਆ ਅਮਰੂਦਾਂ ਦੀ ਬੜਿਆਂ ਦੀ ਲੈ ਕੇ ਇਹਨਾਂ 'ਤੇ ਪਹੁੰਚਾੜ ਦਿੰਦੇ ਹਾਂ ਫਿਰ ਅਗਲੇ ਸਾਲ ਨੂੰ ਬੂਟਾ ਇਹ ਤਿਆਰ ਹੋ ਜਾਂਦਾ ਜੀ। ਇਸ ਤਰ੍ਹਾਂ ਕਰਕੇ ਜਿਹੜੇ ਨੇ ਹੋਰ ਵੀ ਜਿਹੜੇ ਹੈਗੇ ਆ ਨਾਸਪਤੀ ਬੱਬੂ ਕੋਸ਼ਾ ਹੋਇਆ ਇਹ ਫਾਨਾ ਗ੍ਰਾਫਟਰ ਹੁੰਦੇ ਆ ਜੇ ਮਤਲਬ ਕਿ ਜਿਹੜਾ ਹੈਗਾ ਨਿੰਬੂ ਹੈਗਾ ਜੀ ਕਿੰਨੂ ਹੈਗਾ ਅਤੇ ਇਹ ਹੁੰਦੇ ਨੇ ਟੀ ਵੈਟ ਤੋਂ ਤਿਆਰ ਹੁੰਦੇ ਆ ਜੀ। ਜਿਹੜਾ ਹੈਗਾ ਆਪਣਾ ਲੋਕਾਟ ਨੂੰ ਵੀ ਅਸੀਂ ਟਾਹਣੀ ਬੰਨ੍ਹ ਕੇ ਦਰਖਤ ਦੇ ਨਾਲ ਲਾ ਕੇ ਉਹਨੂੰ ਅਸੀਂ ਤਿਆਰ ਕਰ ਸਕਦੇ ਇਹ ਵੀ ਤਿਆਰ ਟਾਹਣੀ ਨਾਲ ਵੀ ਹੋ ਸਕਦੇ ਆ ਜੀ। ਜਿਹੜਾ ਅਮਰੂਦ ਹੈ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਤਿਆਰ ਕਰਦੇ ਹਾਂ ਚੰਗੀ ਵਰਾਇਟੀ ਦੇਖ ਕੇ ਵੱਡਿਆਂ ਬੂਟੇ ਤੋਂ ਛੋਟੇ ਬੂਟੇ ਤਿਆਰ ਕਰਕੇ ਤਾਂ ਅਸੀਂ ਲੋਕਾਂ ਨੂੰ ਜਿਹੜਾ ਕਿ ਜੀ ਵਧੀਆ ਵਰਾਇਟੀ ਦੇ ਸਕੀਏ। ਅੱਛਾ ਇਹ ਜਿਹੜੇ ਆਹ ਬੂਟੇ ਆ ਇਹ ਅਸੀਂ ਨੇ ਪਿਛਲੇ ਮਾਰਚ ਦੇ ਵਿੱਚ ਇਹ ਪਿਉਂਦ ਕੀਤੇ ਸੀਗੇ ਇਹ ਹੁਣ ਜਿਹੜਾ ਪਿਉਂਦ ਕੀਤੇ ਅਸੀਂ ਨੇ ਇਹ ਹੁਣ ਫਲ ਦੇਣ ਨੂੰ ਤਿਆਰ ਨੇ ਜੀ ਪਰ 3 ਸਾਲ ਤੱਕ ਅਸੀਂ ਇਹਦਾ ਜਿਹੜਾ 2 ਸਾਲ ਫਲ ਤੋੜਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ
ਇਹਦਾ ਫਲ ਰੱਖਾਂਗੇ, ਜਾਣੀ ਕਿ ਤੀਸਰੇ ਸਾਲ ਅਸੀਂ ਫਲ ਰੱਖਦੇ ਹਾਂ ਕਿ ਬੂਟਾ ਹੈਲਦੀ ਹੋ ਜਾਵੇ। ਜੇ ਬੂਟੇ ਦਾ ਫਲ ਲਈ ਜਾਵਾਂ ਤਾਂ ਬੂਟਾ ਮਰ ਸਕਦਾ, ਖੁਰਾਕ ਨਹੀਂ ਪੂਰੀ ਮਿਲਦੀ। ਅਸੀਂ ਆ ਇੰਨੇ ਕੁ ਬੂਟੇ ਅਸੀਂ ਤਿਆਰ ਕੀਤੇ ਨੇ ਪਿਛਲੇ ਸਾਲ ਦੇ ਵਿੱਚ, ਇਸੇ ਸਾਲ ਦੇ ਵਿੱਚ ਕੀਤੇ ਨੇ। ਜਿਹੜੀ ਇਹਦੀ ਪਨੀਰੀ ਸੀਗੀ ਉਹ ਪਿਛਲੇ ਸਾਲ ਸੀਗੀ, ਜਿਹੜੀ ਪਿਉਂਦ ਕੀਤੀ ਆ ਸੀਗੀ ਉਹ ਇਸ ਸਾਲ ਕੀਤੀ ਆ। ਆਹ ਜਿਹੜੇ ਅੱਗੇ ਲੱਗੇ ਆ ਸਾਰੇ ਬੂਟੇ, ਇਹ ਅਸੀਂ ਇਸ ਸਾਲ ਦੇ ਵਿੱਚ ਤਿਆਰ ਕੀਤੇ ਨੇ। ਅੱਛਾ ਜੀ, ਹਾਂਜੀ। ਇਹ ਉਸ ਤਰ੍ਹਾਂ ਹਿਸਾਬ ਹੈ ਜੀ, ਇਹ ਜਿਹੜਾ ਬੂਟਾ ਨਿਆਣਾ ਗਾ ਇਹਦਾ ਅਸੀਂ ਛਲਤੀ ਜਲਦੀ ਫਲ ਨਹੀਂ ਲੈ ਸਕਦੇ। ਇਸ ਤਰ੍ਹਾਂ ਜਿਹੜੀਆਂ ਸਾਡੀਆਂ ਧੀਆਂ ਨੇ, ਜੇ ਅਸੀਂ 20 ਸਾਲ ਤੋਂ ਪਹਿਲਾਂ ਵਿਆਹਾਂਗੇ ਅਤੇ ਉਹਨਾਂ ਦੇ ਬੱਚਾ ਲਵਾਂਗੇ ਤਾਂ ਨੁਕਸਾਨ ਹੋਊਗਾ। ਘੱਟ ਤੋਂ ਘੱਟ 20-22 ਸਾਲ ਦੀ 25 ਸਾਲ ਤੱਕ ਉਹਦੀ ਏਜ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਬੱਚਾ ਅਸੀਂ ਉਸ ਤੋਂ ਲੈ ਸਕਦੇ ਹਾਂ। ਇਹ ਕੁਦਰਤ ਦਾ ਕ੍ਰਿਸ਼ਮਾ ਹੈਗਾ। ਇਸ ਤਰ੍ਹਾਂ ਹੀ ਬੂਟਿਆਂ ਜਿਹੜੀ ਹੈਗੀ ਹੈ ਸਾਡੀ ਕਾਰਗੁਜ਼ਾਰੀ, ਇਸ ਤਰ੍ਹਾਂ ਹੀ ਬੂਟਿਆਂ ਦੀ ਇਨਸਾਨੀਅਤ 'ਤੇ ਵੀ ਇਹੀ ਗੱਲ ਆਉਂਦੀ ਹੈ ਜੀ। ਲਗਾਉਣਾ ਜਿਵੇਂ ਤੁਸੀਂ ਦੱਸਿਆ ਕਿ ਉਹ ਕੀ ਚੀਜ਼ ਹੁੰਦੀ ਹੈ ਔਰ ਕਿਉਂ ਲਗਾਈ ਜਾਂਦੀ ਹੈ, ਉਹ ਕਿਸ ਕਾਰਨ ਕਰਕੇ? ਮੈਡਮ, ਜਿਹੜੇ ਅਸੀਂ ਬੀਜ ਤੋਂ ਤਿਆਰ ਕਰਦੇ ਹਾਂ ਬੂਟੇ, ਉਹ ਕਈ ਸਾਲ ਤੱਕ ਫਲ ਛੋਟਾ ਦਿੰਦੇ ਨੇ। ਜਿਹੜੇ ਹੁਣ ਮਤਲਬ ਆਹ ਫਲ ਆ ਸਾਡਾ ਪਿਉਂਦੀ ਬੂਟਾ ਹੈਗਾ, ਇਹਦੀ ਅਸੀਂ ਸਟਿੱਕ ਕੱਟ ਕੇ ਇੱਥੋਂ ਇਹ ਸਟਿੱਕ ਕੱਟ ਕੇ ਉਹ ਸਟਿੱਕ ਦੇ ਵਿੱਚ ਜਾ ਕੇ ਜੁਆਇੰਟ ਕਰਾਂਗੇ, ਫਾਨਾ ਗ੍ਰਾਫਟਰ ਕਹਿੰਦੇ ਹਾਂ। ਜਾਂ ਅਸੀਂ ਜੇ ਟੀ ਵੈਡ ਕਰਨੀ ਆ ਤਾਂ ਇਹਦੀ ਅੱਖ ਲਾਵਾਂਗੇ, ਇੱਥੋਂ ਆਹ ਅੱਖ ਹੁੰਦੀ ਇਹਦੀ, ਅੱਖ ਕੱਢ ਕੇ ਅਸੀਂ ਉਸ ਬੂਟੇ ਦੇ ਵਿੱਚ ਜਾ ਕੇ ਅੱਖ ਫਿੱਟ ਕਰਾਂਗੇ, ਤੋਂ ਪੋਲਾਥੀ ਨਾਲ ਲਪੇਟ ਕੇ ਉਹਦੀ ਅੱਖ ਤਾਰ ਪਾ ਕੇ ਅਸੀਂ ਬੂਟਾ ਤਿਆਰ ਕਰ ਸਕਦੇ ਹਾਂ। ਇਹ ਜਿਹੜਾ ਬੂਟਾ ਹੈਗਾ ਇਹਦੇ ਨਾਲ ਦੀ ਨਾਲੇ ਫਲ ਦੇਣਾ ਸ਼ੁਰੂ ਕਰ ਦੇਣਾ। ਜਿਹੜੇ ਕਾਠੇ ਦੇ ਪਿਉਂ ਉਹ ਦੂਏ ਬੂਟੇ ਹੈਗੇ ਫਲ ਵਾਲੇ, ਮਤਲਬ ਕਿ ਬੀਜ ਤਿਆਰ ਕੀਤੇ, ਉਹ ਕਾਫੀ ਟਾਈਮ ਤੱਕ ਫਲ ਨਹੀਂ ਦਿੰਦੇ। ਜੇ ਫਲ ਦਿੰਦੇ ਵੀ ਨੇ ਤਾਂ ਛੋਟਾ ਹੁੰਦਾ ਫਲ, ਉਹ ਹੈਲਦੀ ਨਹੀਂ ਹੁੰਦਾ। ਇਸ ਕਰਕੇ ਅਸੀਂ ਪਿਉਂਦ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਇਹ ਬੂਟੇ ਵਧੀਆ ਦੀ ਵਧੀਆ ਅਸੀਂ ਬੂਟੇ ਵੇਚ ਦਿੰਦੇ ਹਾਂ, ਉਹ ਆ ਕੇ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਜੋ ਬਾਗ ਤਿਆਰ ਕਰ ਸਕਣ। ਕਹਾਵਤ ਹੈ ਮਾਲੀਆਂ ਦੀ, ਸਾਨੂੰ 82 ਤੋਂ ਮੈਂ ਵੀ ਇੱਥੇ ਜੋਬ ਕਰਦਾ, ਕਹਿੰਦਾ ਜਿਹੜਾ ਮਾਲੀ ਹੈ ਇਹ ਬੂਟਿਆਂ ਨੂੰ ਬਚਾਉਂਦਾ ਵੀ ਹੈ ਅਤੇ ਪਾਲਦਾ ਵੀ ਹੈ ਅਤੇ ਲਾਉਂਦਾ ਵੀ ਹੈ, ਤਿਆਰ ਵੀ ਕਰਦਾ। ਹੁਣ ਇੱਕ ਸ਼ੇਰ ਲਿਖਿਆ, ਕਹਿੰਦਾ ਮਾਲੀ ਦਾ ਕੰਮ ਪਾਣੀ ਪਾਉਣਾ, ਜਿਹੜਾ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਚਾਹੇ ਨਾ ਲਾਵੇ। ਮਾਲਕ ਜਿਹੜਾ ਉਹ ਮਾਲਕ ਉੱਪਰ ਵਾਲਾ ਹੈ, ਇਹ ਮਾਲਕ ਨਹੀਂ ਹੈਗਾ, ਇਹ ਤਾਂ ਇਨਸਾਨ ਨੇ ਮਾਲਕ ਲਾਉਣ ਵਾਲਾ ਤਾਂ ਉਹ ਉੱਪਰਲਾ ਹੈ, ਉਹਨੇ ਲਵਾਉਣੇ ਨੇ ਬੂਟੇ ਜਿਹੜੇ ਜਿਸ ਮਾਲੀ ਤੋਂ ਲਵਾਉਣੇ ਨੇ। ਜਿਸ ਤੋਂ ਸੇਵਾ ਕਰਾਉਣੀ ਆ ਉਹ ਸੇਵਾ ਕਰਾਉਣੀ ਆ, ਜਿਸ ਤੋਂ ਪਾਣੀ ਪਵਾਉਣਾ ਅਤੇ ਗਡਾਉਣਾ ਰੇਹ ਪਵਾਉਣਾ ਤਾਂ ਉਹੀ ਪਵਾ ਸਕਦਾ। ਤੁਸੀਂ ਇੱਥੇ ਬਤੌਰ ਚੌਂਕੀਦਾਰ ਦਾ ਕੰਮ ਕਰਦੇ ਹੋ ਅਤੇ ਤੁਸੀਂ ਇਸ ਚੀਜ਼ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਕੀ ਕਿੱਦਾਂ ਦਾ ਮਾਹੌਲ ਹੈ ਅਤੇ ਕੀ ਹੈ ਇੱਥੇ? ਇੱਥੇ ਸਾਡਾ ਜਿਹੜਾ ਮਾਹੌਲ ਹੈ ਜੀ ਬਹੁਤ ਵਧੀਆ। ਸਾਡੇ ਡਾਇਰੈਕਟਰ ਸਾਹਿਬ ਚੰਡੀਗੜ੍ਹ ਤੋਂ, ਉਹ ਵੀ ਬਹੁਤ ਵਧੀਆ ਡਾਇਰੈਕਟਰ ਸਾਹਿਬ ਨੇ। ਸਾਡੇ ਆਪਣੇ ਇੱਥੇ ਡਿਪਟੀ ਡਾਇਰੈਕਟਰ ਸਾਹਿਬ ਸਵਰਨ ਸਿੰਘ ਮਾਨ, ਸਾਡੇ ਇੱਥੇ HDO ਸਾਹਿਬ ਗਗਨ ਸਾਹਿਬ ਜੀ, ਅਤੇ ਇਹਨਾਂ ਦੀ ਰਹਿਮਾਨੀ ਹੇਠ ਬਹੁਤ ਵਧੀਆ ਕੰਮ ਚੱਲਦਾ। ਜਿਹੜੇ ਬੰਦੇ ਉਰੇ ਕੰਮ ਕਰਦੇ ਨੇ ਪਿੰਡ ਦੇ ਨਰੇਗਾ ਦੇ ਵਿੱਚ, ਅਤੇ ਸਾਡੇ ਜਿਹੜੇ ਮੁਲਾਜ਼ਮ ਨੇ ਇਹ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਨੇ। ਬਹੁਤ ਵਧੀਆ ਵਧੀਆ ਬੂਟੇ ਅਸੀਂ ਤਿਆਰ ਕਰਦੇ ਹਾਂ ਇੱਥੇ, ਅਤੇ ਬੂਟਿਆਂ ਦਾ ਬਿੱਲ, ਅਮਰੂਦ ਹੋਇਆ, ਜਾਮਣ ਹੋਈ, ਅਨਾਰ ਹੋਇਆ, ਕਰੌਂਦਾ, ਅਤੇ ਅੰਬ, ਨਿੰਬੂ, ਨਾਸਪਤੀ, ਬਹੁ ਕੋਸ਼ਾ, ਇਹ ਜਿਹੜੇ ਇਹੋ ਜਿਹੇ ਬੂਟੇ ਅਸੀਂ ਤਿਆਰ ਕਰਕੇ ਦਿੰਦੇ ਹਾਂ, ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਨਰਸਰੀ ਚੱਲਦੀ ਹੈ ਜੀ। ਸੋ ਮੱਖਣ ਜੀ, ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਿਓ ਕਿ ਜਿਹੜੇ ਇੱਥੇ ਤੁਸੀਂ ਪਨੀਰੀ ਜਾਂ ਜਿਹੜੇ ਪੇਡੇ ਤੁਸੀਂ ਇੱਥੇ ਤਿਆਰ ਕਰਦੇ ਹੋ, ਜਿਵੇਂ ਕਿ ਸਰਕਾਰਾਂ ਵੱਲੋਂ ਪਿੱਛੋਂ ਹਦਾਇਤਾਂ ਆਈਆਂ ਸੀਗੀਆਂ ਕਿ ਜਿਹੜੇ ਲੋਕ, ਕੋਈ ਵੀ ਇੱਥੇ ਪੰਚਾਇਤਾਂ ਨੇ, ਯੂਥ ਕਲੱਬਾਂ ਵਾਲੇ ਲੋਕ ਨੇ ਜਾਂ ਬੱਚੇ ਨੇ, ਉਹ ਇੱਥੇ ਇਹਨਾਂ ਨੂੰ ਲੈ ਕੇ ਜਾ ਸਕਦੇ ਨੇ। ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਦੱਸਿਓ ਕਿ ਵੀ ਇੱਥੋਂ ਪੈਸਿਆਂ ਨਾਲ ਮਿਲਦੇ ਨੇ ਜਾਂ ਫ੍ਰੀ ਮਿਲਦੇ ਨੇ ਇੱਥੋਂ ਪਿੰਡ? ਮੈਡਮ, ਜਿਹੜੇ ਬੂਟੇ ਪਿੰਡਾਂ ਦੇ ਵਿੱਚ ਜਾਂ ਕਿਸੇ ਸੰਸਥਾ 'ਤੇ ਜਿੱਦਾਂ ਲਾਉਣੇ ਆ, ਉਹ ਅਸੀਂ ਸਾਡੇ ਡਿਪਟੀ ਅਰ ਸਾਹਿਬ ਫ੍ਰੀ ਬੂਟੇ ਦਿੰਦੇ ਆ। ਜਿਹੜੇ ਉਦੋਂ ਉੱਪਰ ਸਕੂਲਾਂ ਦੇ ਵਿੱਚ ਜਾਂ ਕਿਤੇ ਡਿਵੈਲਪਮੈਂਟ ਹੁੰਦੀ ਹੈ ਤਾਂ ਸਾਨੂੰ ਇੱਕ ਮਹਿਕਮਾ ਹੈਗਾ, ਉਹਨਾਂ ਦੇ ਅਸੀਂ ਬੂਟੇ ਦਿੰਦੇ ਹਾਂ ਅਤੇ ਉਹ ਸਾਡੀ ਗੌਰਮੈਂਟ ਨੂੰ, ਸਾਡੇ ਮਹਿਕਮੇ ਨੂੰ ਉਹ ਪੇ ਕਰ ਦਿੰਦੇ ਬਾਅਦ ਦੇ ਵਿੱਚ। ਵੈਸੇ ਤਾਂ ਜਿਹੜੇ ਹੈਗੇ ਆ ਸਰਪੰਚਾਂ ਦੇ ਥਰੂ ਇਹ ਬੂਟੇ ਡਿਪਟੀ ਅਰ ਸਾਹਿਬ ਜਿਹੜੇ ਨੇ ਫ੍ਰੀ ਦਿੰਦੇ ਆ। ਅੱਜ ਜਿਵੇਂ ਥੋੜ੍ਹੀ ਦੇਰ ਪਹਿਲਾਂ ਅਸੀਂ ਦੇਖਿਆ ਕਿ ਪਾਤੜਾਂ ਤੋਂ, ਪਟਿਆਲੇ ਤੋਂ 60 ਕਿਲੋਮੀਟਰ ਦੂਰ ਤੋਂ ਪਾਤੜਾਂ ਤੋਂ ਲੋਕ ਇੱਥੇ ਜਿਹੜੇ ਬੂਟੇ ਲੈਣ ਵਾਸਤੇ ਆਏ ਸੀਗੇ, ਸੋ ਕਿੰਨਾ ਕੁ ਉਤਸ਼ਾਹ ਲੋਕਾਂ ਦਾ ਇੱਥੇ ਤੁਹਾਡੇ ਕੋਲ? ਜਿਵੇਂ ਅਸੀਂ ਪੇਡੇ ਦੇਖ ਸਕਦੇ ਹਾਂ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਪਨੀਰੀ ਇੱਥੇ ਤਿਆਰ ਕੀਤੀ ਹੋਈ ਹੈ, ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ, ਕਿੰਨੇ ਕੁ ਲੋਕ ਤੁਹਾਡੇ ਕੋਲ ਲੈਣ ਵਾਸਤੇ ਆਉਂਦੇ? ਮੈਡਮ, ਸਾਡੇ ਕੋਲ ਇਹ ਸਾਡੇ ਜ਼ਿਲ੍ਹੇ ਦੇ ਤਾਂ ਹੋਣੀ ਸੀਗੇ, ਪਾਤੜਾਂ ਦੇ, ਸੰਗਰੂਰ ਦੇ, ਅਬੋਹਰ, ਬਠਿੰਡਾ, ਮਾਨਸਾ, ਇਹਦੇ ਵੀ ਸਾਡੇ ਕੋਲ ਗੰਗਾਨਗਰ ਤੋਂ ਵੀ 7 ਬੂਟੇ ਲੈਣ ਵਾਸਤੇ ਆਉਂਦੇ ਨੇ। ਸਾਡੀ ਜਿਹੜੀ ਨਰਸਰੀ ਹੈ ਮੇਰੇ ਖਿਆਲ ਮੇਰੇ ਦਾਦੀ ਵਿੱਚ 1979 ਦੇ ਵਿੱਚ ਇਹ ਜਿਹੜੀ ਨਰਸਰੀ ਤਿਆਰ ਕੀਤੀ ਗਈ ਸੀ। ਉਰੇ ਸਰਦਾਰ ਅਤੇ ਜੱਸਲ ਸਾਹਿਬ ਸੀਗੇ, ਸਾਡੇ ਚੀਮਾ ਸਾਹਿਬ ਸੀ, ਗੁਰਦੇਵ ਸਿੰਘ ਚੀਮਾ, ਉਹਨਾਂ ਨੇ ਨਰਸਰੀ ਇਹ ਬਹਾਲ ਕੀਤੀ ਸੀਗੀ 1980 ਦੇ ਵਿੱਚ। ਜਦ ਇਹ ਨਰਸਰੀ ਇਸ ਤਰੀਕੇ ਨਾਲ ਚੱਲਦੀ ਹੈ ਤਾਂ ਲੋਕ ਬਾਹਰੋਂ ਬਹੁਤ ਦੂਰ। ਮੈਡਮ, ਮੈਂ ਤਾਂ ਇਹ ਸੁਨੇਹਾ ਦਊਂਗਾ ਵੀ ਹਰ ਇੱਕ ਘਰ ਦੇ ਵਿੱਚ ਫਲਦਾਰ ਬੂਟੇ ਹੋਣੇ ਚਾਹੀਦੇ ਨੇ, ਕਿ ਐਂ ਨਾ ਕਰੋ ਵੀ ਸਾਰਾ ਫਰਸ਼ ਹੀ ਲਾ ਕੇ ਬੈਠ ਜਾਓ ਅਤੇ ਕੱਚੀ ਜਗ੍ਹਾ ਵੀ ਰੱਖੋ ਬੂਟੇ ਫੁੱਲਾਂ ਵਾਸਤੇ। ਅਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਮੈਂ ਸੁਨੇਹਾ ਦਿੰਦਾ ਵੀ ਵੱਧ ਤੋਂ ਵੱਧ ਬਾਗ ਲਾਓ, ਜਿਹੜੇ ਕਿ ਸਾਡੇ ਜਾਨਵਰ ਨੇ ਬਹੁਤ ਘੱਟਦੇ ਜਾਂਦੇ ਨੇ, ਅਤੇ ਇਹ ਉਹਨਾਂ ਨੂੰ ਫਲ ਮਿਲੇ, ਉਹਨਾਂ ਦਾ ਗੁਜ਼ਾਰਾ ਹੋਵੇ,
ਫਸਲਾਂ ਜਿਹੜੀਆਂ ਨੇ ਦਵਾਈ ਪਾ ਕੇ ਬੜੀ ਖਰਾਬ ਹੋ ਜਾਂਦੇ ਤੇ ਉੱਥੇ ਨਹੀਂ ਖਾ ਸਕਦੇ ਫਲ ਨੂੰ ਖਾ ਕੇ ਉਹ ਗੁਜ਼ਾਰਾ ਕਰ ਸਕਣ। ਸੋ ਜਿੱਥੇ ਇੰਨਾ ਕੰਮ ਚੱਲਦਾ ਇੱਥੇ ਲੋਕ ਬੂਟੇ ਲੈਣ ਵੀ ਆਉਂਦੇ ਆ ਲੈਣ ਆ ਰਹੇ ਨੇ। ਸੋ ਗੱਲਬਾਤ ਕਰਨੇ ਆ, ਕੀ ਨਾਮ ਹੈ ਤੁਹਾਡਾ? ਮੈਂ ਰਤਵਿੰਦਰ ਸਿੰਘ ਜੀ। ਕਿੱਥੋਂ ਆਏ ਹੋ ਤੁਸੀਂ? ਮੈਂ ਪਾਤੜਾ ਤੋਂ ਆਇਆ ਮੈਡਮ ਜੀ। ਮੈਂ ਜੀ ਪਾਤੜਾ ਤੋਂ ਤੁਸੀਂ ਸਪੈਸ਼ਲ ਬੂਟੇ ਲੈਣ ਵਾਸਤੇ ਇੱਥੇ ਆਏ? ਹਾਂ ਮੈਡਮ ਜੀ, ਹਾਂ। ਤੁਸੀਂ ਕਿੰਨੇ ਟੋਟਲ ਬੂਟੇ ਲੈਣ ਵਾਸਤੇ ਆਏ ਹੋ ਤੇ ਕਿਹੜੇ ਕਿਹੜੇ ਬੂਟੇ ਲੈਣੇ? ਮੈਂ ਜੀ ਇੱਥੇ ਅੰਬ ਦਾ ਬੂਟਾ ਲੈਣਾ ਹੈ ਜੀ, ਇੱਥੇ ਹੋਰ ਵੀ ਬਹੁਤ ਕਿਸਮ ਦੇ ਪੇਡ ਲੈਣਾ ਹੈ ਮੈਡਮ ਜੀ। ਮੈਂ ਜੀ ਆਮ ਜਾਮਣ ਹੋਰ ਵੀ ਬਹੁਤ ਵਰਾਇਟੀ ਮੈਂ ਜੀ ਲੈਣਾ ਹੈ ਇੱਥੇ। ਮੈਂ ਜੀ ਅੰਬ ਵੀ ਲੈਣਾ ਹੈ ਇੱਥੇ ਮੈਂ ਜਾਮਣ। ਇਹ ਵਜੀਦਪੁਰ ਦੀ ਨਰਸਰੀ ਮੈਂ ਸੁਣਿਆ ਜੀ ਬਹੁਤ ਫੇਮਸ ਹੈ ਜੀ, ਇੱਥੇ ਮੈਂ ਲੈਣਾ ਹੈ ਮੈਡਮ ਜੀ। ਮੈਂ ਜੀ 60 ਕਿਲੋਮੀਟਰ ਪਟਿਆਲੇ ਤੋਂ ਦੂਰ ਪਾਤੜਾਂ ਦੇ ਵਿੱਚੋਂ ਇਹ ਅੱਜ ਨੌਜਵਾਨ ਬੂਟੇ ਲੈਣ ਵਾਸਤੇ ਆਏ ਨੇ। ਅਲੱਗ ਅਲੱਗ ਕਿਸਮ ਦੇ ਇਹਨਾਂ ਨੇ ਬੂਟੇ ਲਏ ਨੇ, ਇਹਨਾਂ ਨੇ ਆਪਣੇ ਬੂਟੇ ਲਗਾਉਣੇ ਨੇ। ਸੋ ਇਹਨਾਂ ਦੀ ਵੀ ਬਹੁਤ ਹਿੰਮਤ ਹੈ ਜਿਨ੍ਹਾਂ ਨੇ ਬੂਟੇ ਤਿਆਰ ਕੀਤੇ ਨੇ ਔਰ ਲਗਾ ਰਹੇ ਨੇ ਔਰ ਦੇ ਰਹੇ ਹੋ ਅੱਗੇ। ਹਾਂਜੀ, ਤੁਸੀਂ ਕਿਹੜੇ ਕਿਹੜੇ ਬੂਟੇ ਇੱਥੇ ਤਿਆਰ ਕਰਦੇ ਹੋ ਅਤੇ ਕਿਵੇਂ ਕਿਵੇਂ ਤਿਆਰ ਕਰਦੇ ਹੋ, ਇਸ ਚੀਜ਼ ਬਾਰੇ ਸਾਡੇ ਦਰਸ਼ਕਾਂ ਨੂੰ ਅੱਜ ਜ਼ਰੂਰ ਦੱਸੋ। ਜੀ ਇੱਥੇ ਆਲੂ ਬੁਖਾਰਾ, ਅਮਰੂਦ, ਅਨਾਰ, ਅੱਛਾ ਔਲਾ ਅਤੇ ਕਰੌਂਦਾ, ਆਲੂ ਬੁਖਾਰਾ, ਜਾਮਣ, ਆੜੂ, ਇਹ ਇੱਥੇ ਨਿੰਬੂ, ਅੰਬ, ਇਹ ਤਿਆਰ ਹੁੰਦੇ ਨੇ। ਕਿ ਸਾਰੇ ਘਰਾਂ ਦੇ ਵਿੱਚੋਂ ਦਰਖਤ ਵੱਢੀ ਜਾਂਦੇ ਨੇ, ਬਿਲਡਿੰਗਾਂ ਵੱਡੀਆਂ ਵੱਡੀਆਂ ਖੜੀ ਕਰੀ ਜਾਂਦੇ ਨੇ ਔਰ ਆਪਾਂ ਸੜਕਾਂ ਵੀ ਦੇਖ ਸਕਦੇ ਹਾਂ ਕਿ ਸੜਕਾਂ ਦੇ ਨਾਲ ਨਾਲ ਜਿਹੜੀ ਕੱਚੀ ਆਪਾਂ ਜਗ੍ਹਾ ਰੱਖਦੇ ਵੀ ਸੀ, ਅੱਜ ਕੱਲ੍ਹ ਦਾ ਟ੍ਰੈਂਡ ਚੱਲ ਗਿਆ ਕਿ ਜਾਂ ਤਾਂ ਸੀਮੈਂਟ ਦੇ ਨਾਲ ਭਰ ਦਿਓ ਜਾਂ ਫਿਰ ਉੱਥੇ ਜਿਹੜੀਆਂ ਟਾਈਲਾਂ ਨੇ ਜਾਂ ਇੱਟਾਂ ਨੇ ਉਹ ਲਗਾ ਦਿੱਤੀਆਂ ਜਾਂਦੀਆਂ ਨੇ। ਸੋ ਇੱਥੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਜਾਂ ਇਹਨਾਂ ਨਾਲ ਆਪਾਂ ਨੇ ਗੱਲਬਾਤ ਕੀਤੀ ਹੈ, ਜਿੰਨੇ ਵੀ ਇੱਥੇ ਬੂਟੇ ਸੀਗੇ ਫਲਦਾਰ ਬੂਟੇ ਔਰ ਵਧੀਆ ਸਿਹਤ ਵਾਸਤੇ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਲੋਕ ਜਿਹੜੇ ਬੂਟੇ ਲਗਾਉਣ ਵੱਧ ਤੋਂ ਵੱਧ? ਇਹ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਵਾਂਗੇ ਤਾਂ ਪ੍ਰਦੂਸ਼ਣ ਵੀ ਘੱਟ ਹੋਏਗਾ, ਵਾਤਾਵਰਨ ਜੋ ਹੋ ਜਾਏਗਾ ਸੁਧਾਰ ਹੋ ਜਾਏਗਾ। ਠੀਕ ਹੈ, ਸਾਡੀ ਸਿਹਤ ਵਾਸਤੇ ਵੀ ਆਕਸੀਜਨ ਵੀ ਮਿਲਦੀ ਹੈ ਦਰੱਖਤਾਂ ਤੋਂ ਹੀ। ਲੱਗਿਆ ਸਾਨੂੰ ਕਿ ਅਗਰ ਆਪਾਂ ਦਰੱਖਤਾਂ ਨੂੰ ਬੂਟਿਆਂ ਨੂੰ ਲਗਾਵਾਂਗੇ ਔਰ ਫਲਦਾਰ ਬੂਟੇ ਵੀ ਲਗਾਵਾਂਗੇ, ਚਾਹੇ ਸਾਡੇ ਕੋਲ ਜਗ੍ਹਾ ਜ਼ਿਆਦਾ ਨਹੀਂ ਹੈਗੀ ਅੱਜ ਸ਼ਹਿਰਾਂ ਦੇ ਵਿੱਚ, ਅਸੀਂ ਆਪਣੇ ਟੈਰਿਸ ਦੇ ਉੱਤੇ ਆਪਣੇ ਛੱਤਾਂ ਦੇ ਉੱਤੇ ਅਸੀਂ ਛੋਟੇ ਛੋਟੇ ਬੂਟਿਆਂ ਨੂੰ ਲਗਾ ਸਕਦੇ ਹਾਂ, ਜਿਹਦੇ ਨਾਲ ਸਾਨੂੰ ਆਕਸੀਜਨ ਵੀ ਮਿਲਦੀ ਹੈ ਅਤੇ ਨਾਲ ਨਾਲ ਸਾਡੀ ਸਿਹਤ ਵਾਸਤੇ ਵੀ ਚੰਗਾ ਰਹਿੰਦਾ। ਨਾਮ ਹੈ ਜੀ ਤੁਹਾਡਾ ਅਤੇ ਕਿਹੜੇ ਪਿੰਡ ਤੋਂ ਅਤੇ ਹੋਰ ਕਿੰਨੀਆਂ ਕੁ ਲੇਡੀਜ਼ ਨੇ ਜਿਹੜੀਆਂ ਤੁਹਾਡੇ ਨਾਲ ਕੰਮ ਕਰਦੀਆਂ? ਸਾਡੇ ਨਾਲ ਲੇਡੀਜ਼ ਬਹੁਤ ਨੇ ਜੀ, 10-15 ਲੇਡੀਜ਼ ਹੈ ਜੀ। ਉਹਨਾਂ ਨੂੰ ਪੂਰਾ ਰੁਜ਼ਗਾਰ ਮਿਲ ਰਿਹਾ ਇੱਥੇ, ਜਿੰਨਾ ਉਹਨਾਂ ਦਾ ਮਾਣ ਪੱਤਾ ਉਹਨਾਂ ਸਾਰਾ ਮਿਲਦਾ? ਹਾਂਜੀ ਹਾਂਜੀ ਮਿਲਦਾ ਜੀ ਜੀ, ਉਰੇ 10 ਔਰਤਾਂ ਲੱਗੀਆਂ ਨੇ ਜੀ ਸਾਰੀਆਂ ਹੀ ਬਾਗ ਦੇ ਵਿੱਚ ਜੀ। ਤੁਹਾਡਾ ਕੀ ਕੰਮ ਹੈ, ਤੁਸੀਂ ਇੱਥੇ ਕੀ ਕੰਮ ਕਰਦੇ? ਨਰੇਗਾ 'ਚ ਲੱਗੇ ਹੋਏ ਆ ਜੀ, ਉਰੇ ਨਰੇਗਾ ਦਾ ਕੰਮ ਚੱਲਦਾ ਜੀ, ਉਰੇ 100 ਦਿਨ ਦਾ ਕੰਮ ਮਿਲਦਾ ਜੀ ਸਾਨੂੰ, ਉਰੇ 100 ਦਿਨ ਪੂਰਾ ਲੱਗ ਜਾਂਦਾ, ਵਧੀਆ ਕੰਮ ਕਰਦੇ ਜੀ, ਵਧੀਆ ਕੰਮ ਹੈ ਜੀ। ਸਰਕਾਰ ਦੀ ਹੋਰ ਵੀ ਜ਼ਿਆਦਾ ਵੱਡੀ ਪ੍ਰਾਪਤੀ ਹੈ, ਸਰਕਾਰੀ ਨਰਸਰੀ ਦੇ ਵਿੱਚ ਇੱਥੇ ਜਿਹੜੇ ਲੋਕ ਨੇ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲਿਆ ਹੋਇਆ, ਚਾਹੇ ਉਹ ਬੰਦੇ ਨੇ ਚਾਹੇ ਉਹ ਔਰਤਾਂ ਨੇ, ਉਹ ਆਪਣੇ ਘਰ ਦੀ ਰੋਜ਼ੀ ਰੋਟੀ ਚਲਾ ਰਹੇ ਨੇ। ਉਹਨਾਂ ਦਾ 100 ਦਿਨ ਦਾ ਮੈਨੂੰ ਜਿਵੇਂ ਇਹਨਾਂ ਨੇ ਦੱਸਿਆ ਕਿ ਕੰਮ ਮਿਲਦਾ ਇਹਨਾਂ ਨੂੰ ਔਰ 100 ਦਿਨ ਦਾ ਜਿਹੜਾ ਇਹਨਾਂ ਨੂੰ ਮਾਣ ਪੱਤਾ ਉਹਨਾਂ ਨੂੰ ਹਾਸਿਲ ਹੁੰਦਾ। ਬਹੁਤ ਸ਼ਾਂਤਮਈ ਹੈ ਔਰ ਬੂਟੇ ਹੀ ਬੂਟੇ ਨੇ, ਸ਼ਾਂਤੀ ਹੀ ਸ਼ਾਂਤੀ ਹੈ, ਹਰਿਆਲੀ ਹੀ ਹਰਿਆਲੀ ਹੈ। ਪਿੰਡਾਂ ਵਾਲਿਆਂ ਦੀ ਬਾਤ ਸਿੱਧੀ ਸਾਦੀ ਅਤੇ ਸਾਫ਼ ਸੁਥਰੀ ਗੱਲ ਹੈ ਕਿ ਵੱਧ ਤੋਂ ਵੱਧ ਪੇੜੇ ਲਾਓ, ਫਲਦਾਰ ਬੂਟੇ ਲਗਾਓ। ਬਹੁਤ ਹੀ ਸੋਹਣਾ ਮੈਸੇਜ ਔਰ ਜਿਹੜੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਸਾਨੂੰ ਇੱਥੋਂ ਇਹਨਾਂ ਨੇ ਮੱਖਣ ਜੀ ਨੇ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦੱਸੀ ਹੈ ਔਰ ਜਿਹੜੇ ਵੀ ਕਿਸਾਨ ਭਾਈ ਭੈਣ ਜਾਂ ਫਿਰ ਕੋਈ ਵੀ ਆਪਣੇ ਖੇਤਾਂ ਦੇ ਵਿੱਚ ਫਲ ਫਰੂਟ ਨੂੰ ਲਗਾਉਂਦਾ ਹੈ, ਸੋ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰੂੰਗੀ ਉੱਥੇ ਵਜੀਦਪੁਰ ਪਿੰਡ ਪਟਿਆਲਾ ਦੇ ਵਿੱਚ ਜਿਹੜਾ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ, ਵਿਜ਼ਿਟ ਕਰਨਾ ਚਾਹੀਦਾ ਔਰ ਜਿਸ ਤਰੀਕੇ ਦੀ ਵੀ ਜਾਣਕਾਰੀ ਉਹ ਲੈਣਾ ਚਾਹੁੰਦੇ ਨੇ ਇੱਥੇ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਸਿੱਖ ਸਕਦੇ ਨੇ, ਜਾਣਕਾਰੀ ਲੈ ਸਕਦੇ ਨੇ। ਸੋ ਮੈਂ ਉਹਨਾਂ ਲੋਕਾਂ ਨੂੰ ਵੀ ਰਿਕੁਐਸਟ ਕਰੂੰਗੀ ਕਿ ਇੱਥੇ ਪਿੰਡ ਵਜੀਦਪੁਰ ਦੇ ਵਿੱਚ ਜਿਹੜੀ ਸਰਕਾਰੀ ਨਰਸਰੀ ਹੈ ਉੱਥੇ ਜ਼ਰੂਰ ਆਉਣ ਅਤੇ ਜ਼ਰੂਰ ਵਿਜ਼ਿਟ ਕਰਨ।